ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨੀਤ ਕਪੂਰ। ਸਿੱਧੀਆਂ ਤਸਵੀਰਾਂ ਵਿਖਾਉਂਦੇ ਹਾਂ ਕਿਉਂਕਿ ਅੱਜ ਭਗਵੰਤ ਮਾਨ ਸਰਕਾਰ ਦੀ ਤਰਫੋਂ ਘਰ ਘਰ ਰਾਸ਼ਨ ਸਕੀਮ ਦਾ ਆਗਾਜ਼ ਕੀਤਾ ਗਿਆ। ਪਿੰਡਾਂ ਦੇ ਵਿੱਚ ਰਾਸ਼ਨ ਵੰਡਣ ਲਈ ਟੀਮਾਂ ਜਿਹੜੀਆਂ ਨੇ ਪਹੁੰਚਦੀਆਂ ਵੀ ਨਜ਼ਰ ਆ ਰਹੀਆਂ ਨੇ। ਸ਼ਾਮ ਦਾ ਵੇਲਾ ਹੈ, ਲੇਕਿਨ ਇਸ ਵੇਲੇ ਵੀ ਪਿੰਡਾਂ ਦੇ ਵਿੱਚ ਰਾਸ਼ਨ ਵੰਡਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ। ਤਸਵੀਰ ਵਿਖਾ ਦਿੰਦੇ ਹਾਂ ਜਿਸ ਢੰਗ ਦੇ ਨਾਲ ਅਮਲੋ ਸਮਰਾਲਾ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਆਗਾਜ਼ ਹੋਇਆ ਸੀ, ਅਤੇ ਇਸ ਦੇ ਆਸ ਪਾਸ ਦੇ ਜਿਹੜੇ ਏਰੀਏ ਉੱਥੇ ਹੀ ਆਟਾ ਵੰਡਣ ਦਾ ਅਤੇ ਕਣਕ ਵੰਡਣ ਦਾ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਹੈ। ਜਿਹੜੀ ਸਿੱਧੇ ਤੌਰ 'ਤੇ ਡਿਲੀਵਰੀ ਬੁਆਏ ਨੇ ਉਹ ਇੱਥੇ ਪਹੁੰਚੇ ਹੋਏ ਨੇ। ਗੱਡੀ ਇੱਕ ਵੱਡੀ ਇਹਨਾਂ ਦੇ ਨਾਲ ਹੈ, ਔਰ ਇਸ ਗੱਡੀ ਦੇ ਵਿੱਚ ਆਟਾ ਵੀ ਭਰਿਆ ਹੋਇਆ, ਕਣਕ ਵੀ ਭਰੀ ਹੋਈ ਹੈ। ਬੈਨੀਫਿਸ਼ਰੀਜ਼ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲਣਾ ਹੈ। ਸਿੱਧੇ ਤੌਰ 'ਤੇ ਪਹਿਲਾਂ ਹੁੰਦਾ ਸੀ ਕਿ ਰਾਸ਼ਨ ਦੇ ਡਿਪੂ 'ਤੇ ਜਾਣਾ ਪੈਂਦਾ ਸੀ, ਜਦੋਂ ਵੀ ਰਾਸ਼ਨ ਆਉਂਦਾ ਸੀ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ, ਉਸ ਤੋਂ ਬਾਅਦ ਵਾਰੀ ਸਿਰ ਰਾਸ਼ਨ ਮਿਲਦਾ ਸੀ। ਲੇਕਿਨ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਦੇ ਕੋਲ ਰਾਸ਼ਨ ਪਹੁੰਚਦਾ ਹੋਇਆ ਨਜ਼ਰ ਆ ਰਿਹਾ। ਕੀ ਨਾਂ ਜੀ ਆਪਣਾ? ਸਧਾਰਨ ਕੌਰ ਆ ਵੀਰ। ਮੈਂ ਕੀ ਕਹਿਣਾ ਚਾਹੋਗੇ, ਅੱਜ ਤੁਹਾਡੇ ਘਰਾਂ ਤੱਕ ਆ ਰਾਸ਼ਨ ਪਹੁੰਚਦਾ ਹੋਇਆ ਨਜ਼ਰ ਆਇਆ? ਪਹਿਲਾਂ ਰਾਸ਼ਨ ਡਿਪੂ ਜਾਣਾ ਪੈਂਦਾ ਸੀ ਔਰ ਉੱਥੇ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਹਾਂ ਰਾਸ਼ਨ ਆਊਗਾ, ਰਾਸ਼ਨ ਮਿਲੂਗਾ, ਔਰ ਉਸ ਤੋਂ ਬਾਅਦ ਵੀ ਲੰਬੀਆਂ ਲੰਬੀਆਂ ਲਾਈਨਾਂ। ਠੀਕ ਆ ਵੀਰੇ, ਠੀਕ ਆ, ਇਹ ਠੀਕ ਆ ਵੀਰੇ, ਹਾਂ ਇਹ ਠੀਕ ਆ ਵੀਰੇ। ਸਾਨੂੰ ਸਾਰੇ ਸਾਰੇ ਦਿਹਾੜੀ ਵੇਟ ਕਰਨਾ ਪੈਂਦਾ ਸੀ, ਸਾਰੇ ਸਾਰੇ ਦਿਹਾੜੀ ਲੱਗ ਜਾਂਦੀ, ਕਈ ਵਾਰ ਮਿਲਦੀ ਵੀ ਨਹੀਂ ਸੀ ਕਣਕ, ਦੋ ਦੋ ਦਿਨ ਵੀ ਲੰਘ ਜਾਂਦੇ ਸੀ ਖੜਿਆਂ ਨੂੰ ਲੈਣ ਵਿੱਚ, ਪਰ ਕਣਕ ਨਹੀਂ ਮਿਲਦੀ ਸੀਗੀ। ਇਹ ਵਧੀਆ ਆ, ਬਹੁਤ ਖੁਸ਼ੀ ਦੀ ਗੱਲ ਆ ਬੇਟੇ, ਬਹੁਤ ਵੱਡੀ ਖੁਸ਼ੀ ਆ ਇਹ। ਹਾਂ ਮੈਂ ਤੁਹਾਨੂੰ ਤੇ ਦੇਖ ਰਿਹਾ, ਤੁਸੀਂ ਤੇ ਆ ਸੋਟੀ ਲੈ ਕੇ ਤੁਰਦੇ ਨਜ਼ਰ ਆ ਰਹੇ ਹੋ, ਯਾਨੀ ਪਹਿਲਾਂ ਇਸੇ ਸੋਟੀ ਰਾਹੀਂ ਰਾਸ਼ਨ ਲੈਣ ਜਾਂਦੇ? ਇਸੇ ਸੋਟੀ ਰਾਹੀਂ, ਮੇਰਾ ਹੀ ਗੂਠਾ ਲੱਗਦਾ, ਬੁੜਾ ਅੰਨਾ ਮਾਉਂਦੀ ਲੱਗਦਾ ਨਹੀਂ ਗੂਠਾ ਗਾਠਾ, ਅਤੇ ਮੈਂ ਹੀ ਲੈ ਕੇ ਆਉਂਦੀ ਹਾਂ ਬੇਟੇ। ਹੁਣ ਕੀ ਕਹਿਣਾ ਚਾਹੋਗੇ, ਹੁਣ ਘਰ ਬਿਲਕੁਲ ਘਰ ਤੱਕ ਪਹੁੰਚਦਾ ਨਜ਼ਰ ਆ ਰਿਹਾ? ਮੈਂ ਬਹੁਤ ਖੁਸ਼ ਮੈਂ ਇਸ ਗੱਲ ਦੇ ਵਿੱਚ, ਘਰ ਸਾਨੂੰ ਘਰ ਮਿਲੂਗਾ, ਅਸੀਂ ਕੀ ਲੈਣਾ ਮੈਂ ਫਿਰ ਕੇ, ਹੈ ਨਾ। ਤੁਸੀਂ ਕੁਝ ਕਹਿਣਾ ਚਾਹੋ? ਹਾਂ, ਇਹ ਬਹੁਤ ਵਧੀਆ ਸਕੀਮ ਆ ਬਾਬੀ, ਸਾਨੂੰ ਬਹੁਤ ਘਰ ਘਰ ਅੱਗੇ ਦਿਹਾੜੀ ਦਿਹਾੜੀ ਫੜ ਜਾਂਦੀ, ਦੋ ਦੋ ਦਿਹਾੜੀਆਂ, ਪਹਿਲਾਂ ਮਾਤੀ ਕਟਾਉਣ ਜਾਓ, ਫਿਰ ਕਣਕ ਲੈਣ ਜਾਓ, ਦੋ ਦਿਹਾੜੀ ਫੁੱਟ ਗਏ, ਹੁਣ ਬਹੁਤ ਵਧੀਆ ਸਕੀਮ ਆ ਜੀ ਇਹ, ਜਿਹੜੀ ਘਰ ਘਰ ਦੀ। ਤੁਸੀਂ ਕੁਝ ਕਹਿਣਾ ਚਾਹੋਗੇ, ਤੁਸੀਂ ਵੀ ਇੱਥੇ ਰਾਸ਼ਨ ਲੈਣ ਲਈ ਆਏ ਸੀ? ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਰਾਸ਼ਨ ਦੇ ਡਿਪੂਆਂ ਦੇ ਉੱਪਰ ਵੀ ਕਹਿੰਦੇ ਰਾਸ਼ਨ ਜਿਹੜਾ ਦੋ ਦੋ ਮਹੀਨੇ ਪਹੁੰਚਦਾ ਨਹੀਂ ਸੀ, ਦੋ ਦੋ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਸੀ ਰਾਸ਼ਨ ਲਈ ਵੀ, ਲੇਕਿਨ ਅੱਜ ਘਰਾਂ ਤੱਕ ਰਾਸ਼ਨ ਪਹੁੰਚਦਾ ਨਜ਼ਰ ਆ ਰਿਹਾ। ਕੁਝ ਕਹਿਣਾ ਚਾਹੋਗੇ ਇਸ ਨੂੰ ਲੈ ਕੇ? ਨਹੀਂ ਵੀਰ ਜੀ, ਕੁਛ ਨਹੀਂ। ਚੰਗਾ ਲੱਗ ਰਿਹਾ? ਹਾਂ ਚੰਗਾ ਲੱਗ ਰਿਹਾ। ਤੁਸੀਂ, ਤੁਹਾਨੂੰ ਵਧੀਆ ਲੱਗ ਰਿਹਾ ਕਿ ਹਾਂ ਘਰ ਤੱਕ ਰਾਸ਼ਨ ਪਹੁੰਚ ਰਿਹਾ? ਪਹਿਲਾਂ ਡਿਪੂਆਂ ਤੱਕ ਜਾਂਦੇ ਸੀ, ਖੱਜਲ ਖਵਾਰੀ ਬਹੁਤ ਹੁੰਦੀ। ਹਾਂਜੀ ਹਾਂਜੀ, ਵਧੀਆ ਲੱਗ ਰਿਹਾ। ਹਾਂਜੀ, ਚਲੋ ਲੋਕ ਜਿਹੜੇ ਨੇ ਰਾਸ਼ਨ ਲੈਂਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰ ਵਿਖਾ ਦਿੰਦੇ ਜਿਸ ਢੰਗ ਦੇ ਨਾਲ ਜਿਹੜਾ ਆ ਰਾਸ਼ਨ ਦੀ ਗੱਡੀ ਹੈ ਉਹ ਅੱਜ ਪਿੰਡਾਂ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆਈ ਹੈ। ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਦਾ ਹੋਇਆ ਨਜ਼ਰ ਆਇਆ। ਜਿਸ ਢੰਗ ਦੇ ਨਾਲ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਆ ਗੱਡੀ ਅੱਜ ਇਸ ਸਕੀਮ ਦਾ ਆਗਾਜ਼ ਹੋਇਆ ਔਰ ਅੱਜ ਹੀ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ। ਜਿਸ ਢੰਗ ਦੇ ਨਾਲ ਇੱਥੇ ਆਪਸ਼ਨ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਵੀ ਰਾਸ਼ਨ ਲੈਣਾ ਹੈ, ਕਿਉਂਕਿ ਇੱਕ ਬੰਦੇ ਦੀ ਜੇਕਰ ਗੱਲ ਕਰੀਏ 5 ਕਿਲੋ ਕਣਕ ਲੈ ਸਕਦਾ ਇੱਕ ਬੰਦਾ, ਜਾਂ ਫਿਰ 5 ਕਿਲੋ ਆਟਾ ਲੈ ਸਕਦਾ, ਅਤੇ ਘਰ ਦੇ ਜਿੰਨੇ ਮੈਂਬਰ ਨੇ ਉਸੇ ਦੇ ਅਕੋਰਡਿੰਗ ਜਿਹੜਾ ਇੱਥੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ, ਆਪਸ਼ਨ ਦਿੱਤਾ ਜਾਂਦਾ ਕਿ ਤੁਸੀਂ ਕਣਕ ਲੈਣੀ ਹੈ ਅਤੇ ਕਣਕ ਲੈ ਲਓ, ਤੁਸੀਂ ਆਟਾ ਲੈਣਾ ਅਤੇ ਆਟਾ ਲੈ ਲਓ। ਅਤੇ ਜਿਸ ਢੰਗ ਦੇ ਨਾਲ ਇੱਥੇ ਤੁਹਾਨੂੰ ਅਸੀਂ ਤਸਵੀਰ ਵਿਖਾ ਰਹੇ ਹਾਂ, ਆਹ ਤਸਵੀਰ ਹੈ ਕਿ ਜਿਹੜੇ ਰਾਸ਼ਨ ਦੇਣ ਵਾਲੇ ਜਿਹੜੇ ਇੱਥੇ ਡਿਲੀਵਰੀ ਬੁਆਏ ਨੇ ਉਹ ਵੀ ਇੱਥੇ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕ ਜਿਹੜੇ ਨੇ ਉਹ ਤਾਂ ਇੱਥੇ ਮੌਜੂਦ ਹੀ ਹੈ। ਤੁਸੀਂ ਵੀ ਲੈਣ ਆਏ ਹੋ ਜੀ ਰਾਸ਼ਨ, ਕੁਛ ਕਹਿਣਾ ਚਾਹੋਗੇ? ਅੱਜ ਘਰ ਤੱਕ ਗਲੀਆਂ ਤੱਕ ਪਹੁੰਚਦਾ ਨਜ਼ਰ ਆਇਆ ਰਾਸ਼ਨ, ਪਹਿਲਾਂ ਡਿਪੂਆਂ ਤੱਕ? ਮੈਂ ਕੁਛ ਨਹੀਂ ਕਹਿਣਾ। ਕੁਛ ਨਹੀਂ ਕਹਿਣਾ ਜੀ, ਖੁਸ਼ ਹੋ, ਨਾਰਾਜ਼ ਹੋ? ਯਾਰ ਨੌਕਰੀ ਦਿਓ,
ਇਹ ਕੀ ਕਰ ਰਹੇ ਹੋ? ਅੱਛਾ, ਨੌਕਰੀ ਚਾਹੀਦੀ ਹੈ, ਚਲੋ ਇਹਨਾਂ ਨੂੰ ਨੌਕਰੀ ਚਾਹੀਦੀ ਹੈ, ਲੇਕਿਨ ਓਵਰਆਲ ਜਿਸ ਢੰਗ ਦੇ ਨਾਲ ਇੱਥੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲਣਾ, ਜਿਹੜੇ ਬੈਨੀਫਿਸ਼ਰੀ ਨੇ ਜਿਹੜੇ ਇੱਥੇ ਮੌਜੂਦ ਹੈ, ਉਹਨਾਂ ਦੀ ਜੇਕਰ ਗੱਲ ਕਰੀਏ ਉਹ ਜ਼ਰੂਰ ਖੁਸ਼ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਜ਼ਰੂਰ ਲਾਭ ਹੁੰਦਾ ਹੋਇਆ ਨਜ਼ਰ ਆ ਰਿਹਾ। ਸਰ, ਔਨ ਡਿਊਟੀ 'ਤੇ ਹੋ ਤੁਸੀਂ, ਕਿਸ ਢੰਗ ਦੇ ਨਾਲ ਰਾਸ਼ਨ ਵੰਡਣ ਦੀ ਪ੍ਰੋਸੈਸ ਜਿਹੜੀ ਹੈ ਇੱਥੇ ਮੁਕੰਮਲ ਕੀਤੀ ਜਾਂਦੀ ਹੈ? ਕਿਉਂਕਿ ਇਹ ਕਿਹਾ ਜਾਂਦਾ ਕਿ ਬਾਇਓਮੈਟ੍ਰਿਕ ਢੰਗ ਦੇ ਨਾਲ ਆ ਰਾਸ਼ਨ ਵੰਡਿਆ ਜਾਂਦਾ, ਤਾਂ ਓਵਰਆਲ ਪ੍ਰੋਸੈਸ ਕਿੱਦਾਂ ਕੰਪਲੀਟ ਕਰ ਰਹੇ? ਜਰ ਸਰਕਾਰ ਦੁਆਰਾ ਬਾਇਓਮੈਟ੍ਰਿਕ ਡਿਵਾਈਸਿਸ ਦਿੱਤੇ ਗਏ ਨੇ, ਈਪੋਜ਼ ਮਸ਼ੀਨਸ, ਉਹਦੇ ਵਿੱਚ ਜੋ ਹੈ ਰਾਸ਼ਨ ਕਾਰਡ ਬੈਨੀਫਿਸ਼ਰੀ ਦਾ ਥੰਬ ਇੰਪ੍ਰੈਸ਼ਨ ਜਾਂ ਫਿੰਗਰ ਇੰਪ੍ਰੈਸ਼ਨ ਲੱਗ ਕੇ ਉਹਨੂੰ ਰਾਸ਼ਨ ਕਾਰਡ ਰਾਸ਼ਨ ਜਾਰੀ ਹੋ ਜਾਂਦਾ ਜੀ। ਅੱਜ ਮੈਂ ਹੁਣ ਵੇਖ ਰਿਹਾ ਕਿ ਹੁਣ ਤੋਂ ਕੁਛ ਦੇਰ ਪਹਿਲਾਂ ਸਕੀਮ ਸ਼ੁਰੂ ਹੋਈ ਹੈ, ਸ਼ਾਮ ਦੇ ਵੇਲੇ ਵੀ ਤੁਸੀਂ ਰਾਸ਼ਨ ਵੰਡ ਰਹੇ ਹੋ, ਕਦੋਂ ਤੱਕ ਆ ਪ੍ਰੋਸੈਸ ਜਿਹੜੀ ਹੈ ਇਸੇ ਢੰਗ ਦੇ ਨਾਲ ਜਾਰੀ ਰਹੂਗੀ, ਯਾਨੀ ਸ਼ਾਮ ਤੱਕ ਰਾਸ਼ਨ ਵੰਡਿਆ ਕਰੋਗੇ ਜਾਂ ਕੋਈ ਟਾਈਮ ਪਹਿਲਾਂ ਫਿਕਸ ਕਰ ਦੋਗੇ ਜੀ? ਹਾਂਜੀ, ਅਸੀਂ 9 to 5 ਹੀ ਜਾਣਾ, ਰਾਤੀ ਅਗਰ ਕੋਈ ਰਹਿ ਗਿਆ ਤਾਂ ਰਹਿ ਗਿਆ। ਨਹੀਂ ਨਹੀਂ ਸਰ, ਜਦੋਂ ਤੱਕ ਅਸੀਂ ਕਰ ਰਹੇ ਪੂਰੀ ਸੇਵਾ ਕਰਾਂਗੇ ਸਰ। ਹਾਂਜੀ ਸਰ, ਜਦੋਂ ਤੱਕ ਇਹ ਡੋਰ ਟੂ ਡੋਰ ਦੇਈ ਜਾਵਾਂਗੇ ਜੀ। ਕਿੰਨੇ ਪਿੰਡਾਂ ਨੂੰ ਟਾਰਗੇਟ ਕਰਕੇ ਚੱਲ ਰਹੇ ਹੋ ਬਈ, ਇੱਕ ਦਿਨ ਦੇ ਵਿੱਚ ਕਿੰਨੇ ਘਰ ਜਿਹੜੇ ਨੇ ਉਹ ਫਾਈਨਲ ਹੋਣੇ ਚਾਹੀਦੇ, ਉਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਣਾ ਚਾਹੀਦਾ, ਜਾਂ ਓਵਰਆਲ ਇੱਕ ਦਿਨ ਦੇ ਵਿੱਚ ਸਾਰੇ ਦਾ ਸਾਰਾ ਪਿੰਡ ਜਿਹੜਾ ਉਸੇ ਨੂੰ ਕਵਰ ਕਰਨਾ? ਇਹ ਸਰ ਪਿੰਡ ਦੀ ਪੂਰੀ ਐਲੋਕੇਸ਼ਨ ਹੋ ਜਾਂਦੀ ਹੈ ਜੀ, ਉਹਦੇ ਵਿੱਚ ਜਿਵੇਂ ਅੱਜ ਇਕੋਲਾਹੇ ਪਿੰਡ ਦੇ ਵਿੱਚ 4 ਵੈਨਾਂ ਆਪਣੀਆਂ ਚੱਲ ਰਹੀਆਂ ਨੇ ਜੀ, 4 ਵੈਨਾਂ, ਹਾਂਜੀ, ਅਤੇ ਸਾਰੇ ਪਿੰਡ ਨੂੰ ਫਿਰ ਕਵਰ ਕਰਾਂਗੇ ਜੀ। ਜਿੱਥੋਂ ਰਾਸ਼ਨ ਆਉਣਾ ਉਹ ਸ਼ੋਪ ਵੀ ਕਿਆ ਨੇੜੇ ਹੀ ਹੈ? ਜੀ ਸਰ, ਉਹ ਬਿਲਕੁਲ ਨੇੜੇ ਹੈ ਜੀ। ਹਾਂਜੀ 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 ਸਰ, ਰਾਸ਼ਨ ਮੁਕੰਮਲ ਢੰਗ ਦੇ ਨਾਲ ਪਹੁੰਚ? ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਯਾਨੀ ਜਿੰਨੀ ਕੁ ਇੱਥੇ ਲੋੜ ਹੈ ਉਸ ਦੇ ਮੁਤਾਬਿਕ ਤੁਹਾਡੇ ਕੋਲ ਰਾਸ਼ਨ? ਹਾਂਜੀ 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 ਸਰ, ਜੀ ਸਰ, ਆਟਾ ਅਤੇ ਵੇਟ ਦੋਨੇ ਚੀਜ਼ਾਂ ਅਵੇਲੇਬਲ ਨੇ ਜੀ, ਅਤੇ ਤੁਸੀਂ ਦੇਖੋਗੇ ਕਿ ਆਟਾ ਪਹਿਲਾਂ ਖਤਮ ਹੋ ਚੁੱਕਿਆ, ਲੋਕਾਂ ਨੇ ਆਟਾ ਪਹਿਲਾਂ ਆਫਟ ਕਰ ਲਿਆ, ਆਟਾ ਜ਼ਿਆਦਾ। ਲੇਕਿਨ ਕੁਆਲਿਟੀ ਦੀ ਗੱਲ ਕਰੀਏ, ਕਿਉਂਕਿ ਮੈਂ ਅੱਜ ਮੁੱਖ ਮੰਤਰੀ ਨੂੰ ਵੀ ਸੁਣ ਰਿਹਾ ਸੀ ਮੈਂ ਸਰਕਾਰ, ਉਹ ਕਹਿੰਦੇ ਕਿ ਕੁਆਲਿਟੀ 'ਤੇ ਖਾਸ ਧਿਆਨ ਦਿੱਤਾ ਜਾਊਗਾ, ਕਿਆ ਆਪਣੇ ਕੋਲ ਓਪਨ ਦੇ ਵਿੱਚ ਹੈਗਾ ਕੁਛ ਦਿਖਾ ਸਕਦੇ ਹੋ ਕਿ ਹਾਂ ਕਿਸ ਢੰਗ ਦੀ ਕੁਆਲਿਟੀ ਹੈ? ਸਰ, ਐਕਚੁਅਲੀ ਪੈਕਿੰਗ ਹੈ ਜੀ ਸਾਰੀ ਇਹ। ਜੀ ਜੀ ਸਰ, 5 ਕਿਲੋ 10 ਕਿਲੋ ਜੀ, 5 ਕਿਲੋ ਔਰ 10 ਕਿਲੋ ਦੀ। ਅਤੇ ਆਪਸ਼ਨ ਕਿਸ ਤਰ੍ਹਾਂ ਨਾਲ ਚੁਣਦੇ ਆ? ਜਿਸ ਤਰ੍ਹਾਂ ਇੱਕ ਘਰ ਦੇ ਵਿੱਚ 4 ਮੈਂਬਰ ਹੈ, ਕਿਆ ਇਹ ਵੀ ਹੋ ਸਕਦਾ ਕਿ 10 ਕਿਲੋ ਆਟਾ ਲੈ ਲਓ, 10 ਕਿਲੋ ਕਣਕ? ਨਹੀਂ ਸਰ, ਐਂਟਰੀ ਤੋਂ ਜਿਵੇਂ ਆਪਾਂ ਐਂਟਰੀ ਕਰਨ ਲੱਗੇ ਹਾਂ ਉਹ ਪਹਿਲਾਂ ਹੀ ਦੱਸ ਸਕਦਾ ਹੈ ਕਿ ਵੀਟ ਲੈਣੀ ਹੈ ਜਾਂ ਆਟਾ ਲੈਣਾ। ਅੱਛਾ ਜੀ ਸਰ, ਉਹ ਵੀ ਉਹ ਲੈ ਸਕਦਾ ਜੀ? ਉਹ ਲੈ ਸਕਦਾ ਜੀ। ਬਿਲਕੁਲ, ਦੇਖੋ ਯਾਨੀ ਪ੍ਰੋਸੈਸ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ, ਆਟਾ ਅਤੇ ਕਣਕ ਜਿਹੜਾ ਉਹ ਲੋਕਾਂ ਦਾ ਘਰ ਤੱਕ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਸਕੀਮ ਦਾ ਲਾਭ ਜਿਹੜਾ ਹਰ ਇੱਕ ਬੈਨੀਫਿਸ਼ਰੀ ਨੂੰ ਮਿਲੇ ਇਸ ਦਾ ਖਾਸ ਧਿਆਨ ਜਿਹੜਾ ਉਹ ਰੱਖਿਆ ਜਾ ਰਿਹਾ। ਫਸਟ ਫੇਜ਼ ਸ਼ੁਰੂ ਹੋ ਚੁੱਕਿਆ, ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਪੰਜਾਬ ਇਸ ਸਕੀਮ ਦੇ ਅੰਤਰਗਤ ਕਵਰ ਕੀਤਾ ਜਾਏਗਾ, ਔਰ ਲੋਕ ਜਿਹੜੇ ਨੇ ਖਾਸੇ ਖੁਸ਼ ਨਜ਼ਰ ਆ ਰਹੇ ਨੇ, ਜਿਹੜੇ ਬੈਨੀਫਿਸ਼ਰੀ ਨੇ ਉਹ ਖਾਸੇ ਖੁਸ਼ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਦਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿਣਾ ਕਿ ਅੱਜ ਉਹਨਾਂ ਦੇ ਘਰ ਤੱਕ ਰਾਸ਼ਨ ਪਹੁੰਚਿਆ। ਪਹਿਲਾਂ ਇਸੇ ਰਾਸ਼ਨ ਲਈ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ, ਅੱਜ ਵੀ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਗੱਡੀ ਦੇ ਕੋਲ ਆ ਚੁੱਕੇ ਨੇ, ਇਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ, ਰਾਸ਼ਨ ਦੀ ਇੰਤਜ਼ਾਰ ਕਰ ਰਹੇ ਸੀ। ਅੱਜ ਸਕੀਮ ਦਾ ਆਗਾਜ਼ ਹੋਇਆ ਅਤੇ ਅੱਜ ਹੀ ਇਸ ਗੱਡੀ ਦੇ ਆਸ ਪਾਸ ਲੋਕਾਂ ਦੀ ਲਾਈਨਾਂ ਲੱਗਦੀਆਂ ਨਜ਼ਰ ਆਈਆਂ ਨੇ, ਹਾਲਾਂਕਿ ਘਰ ਘਰ ਜ਼ਰੂਰ ਪਹੁੰਚਾਇਆ ਜਾ ਰਿਹਾ, ਲੇਕਿਨ ਫਿਰ ਵੀ ਲੋਕ ਜਿਹੜੇ ਨੇ ਗੱਡੀ ਦੇ ਕੋਲ ਪਹੁੰਚ ਰਹੇ ਨੇ, ਆਪਣੀ ਐਂਟਰੀ ਦਰਜ ਕਰਾ ਰਹੇ ਨੇ ਤਾਂ ਕਿ ਇਹਨਾਂ ਨੂੰ ਸਮਾਂ 'ਤੇ ਰਾਸ਼ਨ ਮਿਲਦਾ ਹੋਇਆ ਨਜ਼ਰ ਆਏ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀ ਵੀ, ਖੰਨਾ।